ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਕ ਵਾਰ ਫੇਰ ਐਨਕਾਊਂਟਰ ਹੋਇਆ ਏ, ਖਤਰਨਾਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਏ। ਦੱਸ ਦਈਏ ਕਿ ਜਲੰਧਰ ਦੇ ਵਿੱਚ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ। ਗੈਂਗਸਟਰ ਦਵਿੰਦਰ ਦੇ ਗੋਲੀਆਂ ਮਾਰੀਆਂ ਗਈਆਂ ਨੇ। ਪਿਛਲੇ ਦਿਨੀ ਟਰੈਵਲ ਏਜੰਟ ਤੋਂ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਪੁਲਿਸ ਪਿੱਛਾ ਕਰ ਰਹੀ ਸੀ। ਕੌਸ਼ਲ ਗੈਂਗ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਗੈਂਗਸਟਰ ਦਵਿੰਦਰ, ਜਿਸ ਦੇ ਦੋ ਗੋਲੀਆਂ ਲੱਗੀਆਂ ਨੇ। ਮੁੱਢਲੀ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਜੰਡਿਆਲਾ ਨੇੜੇ ਇਹ ਐਨਕਾਊਂਟਰ ਹੋਇਆ ਹੈ, ਜਿੱਥੇ ਗੈਂਗਸਟਰ ਦਵਿੰਦਰ ਦੇ ਦੋ ਗੋਲੀਆਂ ਲੱਗੀਆਂ ਨੇ। ਪਿਛਲੇ ਦਿਨੀ ਟਰੈਵਲ ਏਜੰਟ ਤੋਂ ਫਿਰੌਤੀ ਮੰਗੀ ਸੀ ਅਤੇ ਇਹ ਗੈਂਗਸਟਰ ਦਵਿੰਦਰ ਕੌਸ਼ਲ ਗੈਂਗ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪਿਛਲੇ 17 ਦਿਨਾਂ ਦੇ ਵਿੱਚ ਇਹ 11ਵਾਂ ਐਨਕਾਊਂਟਰ ਹੈ। ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਗੈਂਗਸਟਰਾਂ 'ਤੇ। ਲਗਾਤਾਰ ਜਿਹੜੇ ਗੈਂਗਸਟਰ ਫਿਰੌਤੀਆਂ ਮੰਗ ਰਹੇ ਸੀ, ਕਤਲੋ ਗਾਰਤ ਕਰ ਰਹੇ ਸੀ, ਵਾਰਦਾਤਾਂ ਕਰ ਰਹੇ ਸੀ, ਉਹਨਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ, ਜਿਸ ਦੇ ਵਿੱਚ ਕਿਹਾ ਸੀ ਕਿ ਇਹ ਨਹੀਂ ਹੋਵੇਗਾ ਕਿ ਕੋਈ ਗੈਂਗਸਟਰ, ਕੋਈ ਅਪਰਾਧੀ ਇੱਕ ਚੌਂਕ 'ਤੇ ਵਾਰਦਾਤ ਕਰਕੇ ਦੂਜੇ 'ਤੇ ਚਲਾ ਜਾਵੇ। ਤਾਂ ਦੱਸ ਦਈਏ ਕਿ ਇੱਕ ਵਾਰ ਫਿਰ ਐਨਕਾਊਂਟਰ ਹੋਇਆ ਜਲੰਧਰ ਦੇ ਜੰਡਿਆਲਾ ਦੇ ਵਿੱਚ, ਜਿੱਥੇ ਇੱਕ ਗੈਂਗਸਟਰ ਦੇ ਦੋ ਗੋਲੀਆਂ ਲੱਗੀਆਂ ਨੇ ਅਤੇ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਹੁਣ ਹੌਸਪੀਟਲ ਭਰਤੀ ਕਰਵਾਇਆ ਗਿਆ। ਪਿਛਲੇ 17 ਦਿਨਾਂ ਦੇ ਵਿੱਚ ਇਹ 11ਵਾਂ ਐਨਕਾਊਂਟਰ ਹੈ। ਜਲੰਧਰ ਦੇ ਜੰਡਿਆਲਾ ਨੇੜੇ ਇਹ ਐਨਕਾਊਂਟਰ ਹੋਇਆ। ਗੈਂਗਸਟਰ ਦਾ ਨਾਂ ਦਵਿੰਦਰ ਦੱਸਿਆ ਜਾ ਰਿਹਾ ਹੈ। ਇੱਕ ਟਰੈਵਲ ਏਜੰਟ ਤੋਂ ਇਸਨੇ ਫਿਰੌਤੀ ਮੰਗੀ ਸੀ ਅਤੇ ਇਹ ਕੌਸ਼ਲ ਗੈਂਗ ਦੇ ਨਾਲ ਸੰਬੰਧਿਤ ਗੈਂਗਸਟਰ ਹੈ। ਤਾਂ ਦੋ ਗੋਲੀਆਂ ਲੱਗੀਆਂ ਨੇ, ਜਿਸ ਨੂੰ ਹੁਣ ਹੌਸਪੀਟਲ ਲਿਜਾਇਆ ਗਿਆ ਹੈ।